ਆਉਣ ਦਾ ਮੌਕਾ ਦਿੱਤਾ। ਉਹਨਾਂ ਨੇ ਹੁਕਮ ਲਾਇਆ ਸੀਗਾ ਕਿ ਅਸੀਂ ਨਵੇਂ ਚੁਣੇ ਹੋਏ ਸਰਪੰਚਾਂ ਦਾ ਪੰਚਾਂ ਦਾ ਸਨਮਾਨ ਕਰ ਰਹੇ ਹਾਂ। ਵੱਡੀ ਗਿਣਤੀ ਦੇ ਵਿੱਚ ਸਾਡੇ ਸਰਪੰਚ ਪੰਚ ਸਾਹਿਬਾਨ ਅਜਨਾਲਾ ਹਲਕੇ ਦੇ ਵਿੱਚੋਂ ਜਿੱਤੇ ਨੇ। 177 ਪੰਚਾਇਤਾਂ ਨੇ ਔਰ 155 ਦੇ ਉੱਤੇ ਜਿਹੜੇ ਨੇ ਉਹ ਜਿਹੜੇ ਸਾਡੇ ਜਿਹੜੇ ਉਮੀਦਵਾਰ ਨੇ ਉਹ ਜਿੱਤ ਕੇ ਆਏ ਨੇ। ਸਾਨੂੰ ਆਸ ਉਮੀਦ ਆ ਕਿ ਜਿੰਨੇ ਵੱਡੀ ਪੱਧਰ ਤੇ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦਿਆਂ ਹੋਇਆ ਪੰਚਾਇਤਾਂ ਚੁਣੀਆਂ ਨੇ, ਹੁਣ ਸਾਡੇ ਉਹ ਅਧੂਰੇ ਕੰਮ ਜਿਹੜੇ ਨੇ ਉਹ ਬਹੁਤ ਜਲਦ ਪੂਰੇ ਹੋਣਗੇ ਔਰ ਵੱਧ ਤੋਂ ਵੱਧ ਬਹੁਤ ਵੱਡੀ ਪੱਧਰ ਤੇ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਗਈਆਂ। ਸੋ ਮੈਂ ਸਮਝਦਾ ਮੈਂ ਇਹ ਕਿ ਇਹ ਵੀ ਇੱਕ ਪੰਜਾਬ ਦੇ ਵਿੱਚ ਇੱਕ ਨਵਾਂ ਇਤਿਹਾਸ ਹੀ ਸਿਰਜਿਆ ਗਿਆ ਕਿ ਲੋਕਾਂ ਨੇ ਆਪਸੀ ਸਹਿਮਤੀ ਦੇ ਨਾਲ ਜਿਹੜੀਆਂ ਨੇ ਉਹ ਪੰਚਾਇਤਾਂ ਬਣਾਈਆਂ ਨੇ। ਪਿਛਲੇ ਦਿਨ ਹੀ ਪੰਚਾਇਤੀ ਚੋਣਾਂ ਦੇ ਵਿੱਚ ਜਿੱਤੇ ਸਰਪੰਚਾਂ ਨੂੰ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਾਲਿਆਂ ਦੇ ਵੱਲੋਂ ਜਿਹੜਾ ਅਜਨਾਲੇ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ ਤਾਂ ਉਹਦੇ ਵਿੱਚ ਅੱਜ ਜਿਹੜਾ ਸਨਮਾਨ ਤਾਂ ਉਹ ਕੀਤਾ ਜਾ ਰਿਹਾ। ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਤੁਸੀਂ ਵੇਖ ਸਕਦੇ ਹੋ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਣਾ ਦੇ ਵੱਲੋਂ ਕੈਬਨਿਟ ਮੰਤਰੀ ATO ਦਾ ਜਿਹੜਾ ਸਨਮਾਨ ਤਾਂ ਉਹ ਕੀਤਾ ਜਾ ਰਿਹਾ। ਤਾਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ ਕਿ ਦੇਖ ਸਕਦੇ ਹੋ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਵੱਖ ਵੱਖ ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਤਾਂ ਉਹਨਾਂ ਦਾ ਸਨਮਾਨਤ ਦੇ ਲਈ ਅੱਜ ਇੱਕ ਪ੍ਰੋਗਰਾਮ ਅਜਨਾਲੇ ਦੇ ਵਿੱਚ ਰੱਖਿਆ ਗਿਆ ਜਿੱਥੇ ਕਿ ਹਲਕਾ ਦੱਖਣੀ ਤੋਂ ਵਿਧਾਇਕ ਡਾਕਟਰ ਇੰਦਰਪ੍ਰੀਤ ਸਿੰਘ ਨਿੱਜਰ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਲਗਾਤਾਰ ਗੱਲਬਾਤ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਜੀ ਅਜਨਾਲੇ ਦੇ ਵਿੱਚ? ਦੇਖੋ ਜੀ, ਅੱਜ ਸਭ ਤੋਂ ਪਹਿਲਾਂ ਤੇ ਮੈਂ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ, ਮੇਰੇ ਕੈਬਨਿਟ ਦੇ ਸਾਥੀ, ਉਹਨਾਂ ਨੂੰ ਵਧਾਈ ਦੇਣਾ ਚਾਹੂੰਗਾ। ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੂੰਗਾ ਕਿ ਉਹਨਾਂ ਨੇ ਮੈਨੂੰ ਅੱਜ ਇਸ ਸਮਾਗਮ ਦੇ ਵਿੱਚ ਆਉਣ ਦਾ ਮੌਕਾ ਦਿੱਤਾ। ਉਹਨਾਂ ਨੇ ਹੁਕਮ ਲਾਇਆ ਸੀਗਾ ਕਿ ਅਸੀਂ ਨਵੇਂ ਚੁਣੇ ਹੋਏ ਸਰਪੰਚਾਂ ਦਾ ਪੰਚਾਂ ਦਾ ਸਨਮਾਨ ਕਰ ਰਹੇ ਹਾਂ। ਸੋ ਮੈਂ ਅੱਜ ਇੱਥੇ ਉਹਨਾਂ ਨੂੰ ਵਧਾਈ ਦੇਣ ਵਾਸਤੇ ਪਹੁੰਚਿਆ। ਵੱਡੀ ਗਿਣਤੀ ਦੇ ਵਿੱਚ ਸਾਡੇ ਸਰਪੰਚ ਪੰਚ ਸਾਹਿਬਾਨ ਅਜਨਾਲਾ ਹਲਕੇ ਦੇ ਵਿੱਚੋਂ ਜਿੱਤੇ ਨੇ। 177 ਪੰਚਾਇਤਾਂ ਨੇ ਔਰ 155 ਦੇ ਉੱਤੇ ਜਿਹੜੇ ਨੇ ਉਹ ਜਿਹੜੇ ਸਾਡੇ ਜਿਹੜੇ ਉਮੀਦਵਾਰ ਨੇ ਉਹ ਜਿੱਤ ਕੇ ਆਏ ਨੇ। ਸੋ ਮੇਰੇ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ, ਵਧਾਈਆਂ ਤੇ ਮੈਂ ਨਾਲ ਹੀ ਆਸ ਉਮੀਦ ਕਰਦਾ ਹਾਂ ਕਿ ਉਹ ਪੰਚਾਇਤੀ ਰਾਜ ਪ੍ਰਣਾਲੀ ਜਿਹੜੀ ਕਿ ਲੋਕਤੰਤਰ ਦਾ ਮੋਢਾ, ਜਿੱਥੋਂ ਗਰਾਸ ਰੂਟ ਲੈਵਲ ਦੀ ਜੇ ਕੋਈ ਡੈਮੋਕ੍ਰੇਸੀ ਆ ਤੇ ਉਹ ਪੰਚਾਇਤਾਂ ਤੋਂ ਹੀ ਸ਼ੁਰੂ ਹੁੰਦੀ ਆ। ਸੋ ਉਹਨਾਂ ਨੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਕੰਮ ਹੁੰਦੇ ਨੇ ਜਿਹੜੇ ਪਿੰਡ ਦੀ ਪੰਚਾਇਤ ਦੁਆਰਾ ਕੀਤੇ ਜਾਣੇ ਹੁੰਦੇ ਨੇ। ਪਿਛਲੇ ਕੁਝ ਸਮੇਂ ਤੋਂ ਸਾਡੇ ਉਹ ਕੰਮ ਜਿਹੜੇ ਪਿੰਡ ਦੀਆਂ ਪੰਚਾਇਤਾਂ ਨੇ ਕਰਨੇ ਹੁੰਦੇ ਨੇ ਉਹ ਰੁਕ ਗਏ, ਜਦਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਸਾਡੇ ਸਟੇਟ ਦੇ ਸੂਬੇ ਦੇ ਕੰਮ ਸੀਗੇ, ਜਿਵੇਂ ਨੌਕਰੀਆਂ ਦੇਣੀਆਂ, ਬਿਜਲੀ ਫ੍ਰੀ ਦੇਣੀ, ਬਿਜਲੀ ਦੀ ਨਿਰਵਿਘਨ ਸਪਲਾਈ ਦੇਣੀ, ਸੜਕਾਂ ਬਣਾਉਣੀਆਂ, ਸੜਕ ਸੁਰੱਖਿਆ ਫੋਰਸ ਬਣਾਉਣੀ, ਮੁਹੱਲਾ ਕਲੀਨਿਕ ਬਣਾਉਣੇ, ਨਹਿਰੀ ਪਾਣੀ ਜਿਹੜਾ ਆ ਉਹ ਖੇਤਾਂ ਤੱਕ ਪੈਲੀਆਂ ਤੱਕ ਪਹੁੰਚਾਉਣਾ, ਇਹ ਕੰਮ ਤਾਂ ਉੱਪਰਲੇ ਪੱਧਰ ਦੇ ਬਹੁਤ ਵੱਡੇ ਪੱਧਰ ਤੇ ਹੋਏ ਸੀਗੇ, ਪਰ ਕੁਝ ਕੰਮ ਹੁੰਦੇ ਨੇ ਜਿਹੜੇ ਪਿੰਡ ਦੀ ਪੰਚਾਇਤ ਦੁਆਰਾ ਕੀਤੇ ਜਾਣੇ ਨੇ। ਸੋ ਹੁਣ ਸਾਨੂੰ ਆਸ ਉਮੀਦ ਆ ਕਿ ਜਿੰਨੇ ਵੱਡੀ ਪੱਧਰ ਤੇ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦਿਆਂ ਹੋਇਆ ਪੰਚਾਇਤਾਂ ਚੁਣੀਆਂ ਨੇ, ਹੁਣ ਸਾਡੇ ਉਹ ਅਧੂਰੇ ਕੰਮ ਜਿਹੜੇ ਨੇ ਉਹ ਬਹੁਤ ਜਲਦ ਪੂਰੇ ਹੋਣਗੇ। ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਰਬਸੰਮਤੀਆਂ ਹੋਈਆਂ ਸੀਗੀਆਂ। ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸੁਪਨਾ ਸੀਗਾ ਕਿ ਅਸੀਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜਿਹੜੇ ਆ ਉਹ ਪੰਚ ਸਰਪੰਚ ਚੁਣੀਏ, ਕਿਉਂਕਿ ਪੰਚ ਜਾਂ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੁੰਦਾ, ਪੰਚ ਸਰਪੰਚ ਪਿੰਡ ਦਾ ਹੁੰਦਾ। ਸੋ ਉਹਨਾਂ ਦੇ ਜੋ ਉਹਨਾਂ ਨੇ ਉਮੀਦ ਕੀਤੀ ਸੀਗੀ ਲੋਕਾਂ ਨੇ ਉਹਦੇ ਤੇ ਫੁੱਲ ਚੜਾਏ ਔਰ ਵੱਧ ਤੋਂ ਵੱਧ ਬਹੁਤ ਵੱਡੀ ਪੱਧਰ ਤੇ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਗਈਆਂ। ਸੋ ਮੈਂ ਸਮਝਦਾ ਮੈਂ ਇਹ ਕਿ ਇਹ ਵੀ ਇੱਕ ਪੰਜਾਬ ਦੇ ਵਿੱਚ ਇੱਕ ਨਵਾਂ ਇਤਿਹਾਸ ਹੀ ਸਿਰਜਿਆ ਗਿਆ ਕਿ ਲੋਕਾਂ ਨੇ ਆਪਸੀ ਸਹਿਮਤੀ ਦੇ ਨਾਲ ਜਿਹੜੀਆਂ ਨੇ ਉਹ ਪੰਚਾਇਤਾਂ ਬਣਾਈਆਂ ਨੇ। ਥੈਂਕ ਯੂ। ਜਿਹਨਾਂ ਨਾਲ ਗੱਲਬਾਤ ਕੀਤੀ ਗਈ ਆ, ਫਿਲਹਾਲ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਚ ਸਰਪੰਚ ਨੇ ਉਹ ਵੱਖ ਵੱਖ ਪਿੰਡਾਂ ਤੋਂ ਅੱਜ ਅਜਨਾਲੇ ਦੇ ਵਿੱਚ ਪਹੁੰਚੇ ਹੋਏ ਨੇ। ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵਾਰ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਮਹਿਲਾਵਾਂ ਨੇ ਉਹ ਵੀ ਸਰਪੰਚ ਚੁਣੀਆਂ ਗਈਆਂ ਨੇ। ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਰਪੰਚ ਇੱਥੇ ਪਹੁੰਚੇ ਹੋਏ ਨੇ, ਤਾਂ ਲਗਾਤਾਰ ਉਹਨਾਂ ਨੂੰ ਲੈ ਕੇ ਜਿਹੜੀ ਅੱਜ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਪਹਿਲੀ ਵਾਰ ਜਿਹੜੇ ਨੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚੋਂ ਸਰਬਸੰਮਤੀ ਦੇ ਨਾਲ ਵੀ ਜਿਹੜੇ ਸਰਪੰਚ ਨੇ ਉਹ ਚੁਣੇ ਗਏ। ਤਾਂ ਜੇਕਰ ਅਸੀਂ ਗੱਲ ਕਰੀਏ
तहसीलदार बैंस सिंह ईटीओ जिन्हां दे नाल गलबात की गई। फिलहाल उन्हां वल्लों पूरी जानकारी दी गई है कि जिहड़े वड्डी गिणती दे विच पिंडां दे वख-वख सरपंच ने अज इत्थे पहुंचे होए ने तां उन्हां नूं सन्मानित किया जाएगा। तां आउण वाले समें दे विच जिहड़े पिंडां दे विच काम होण वाले ने तां ओह वी कीते जाणगे। कैमरामैन संदीप दे नाल गुरप्रीत सिंह साहिल अमृतसर।